जी दोस्तों आप खड़े हैं अपना नेचर पार्क मोगा दे विच जिथे सानू अज घूमण दा मौका मिले। मेरी बाइक दा पेपर सीगा ते अज आप इत्थे आए सीगे पर इस चीज़ नूं असीं अज देख के ना बहुत इंप्रेसिव होए ते बड़ा सानू बड़ा वधिया लग्गिया। इत्थे ना ट्रैक है ते देखो किन्ना वधिया डिवेलप कीता होया हैगा तुसीं देख सकदे हो बिना किसी एड तो आप ही करते ने पता नहीं 15-20 साल अज देखने का मौका मिलिया। चंडीगढ़ बिलोंग करते हैं जी खरड़ तो बिलोंग करते पर असीं उत्थे चीजां नहीं देख पाते ਕਿਵੇਂ ਡਿਵੈਲਪ ਕਰਦੇ ਨੇ ਕਿਵੇਂ ਇਹਨਾਂ ਦੀ ਕਮੇਟੀ ਕੰਮ ਕਰਦੀ ਹੈ ਬੜਾ ਅੱਛਾ ਲੱਗਿਆ ਜੀ। ਜੰਗਲ ਹੈ ਬਾਈ ਐਕਚੁਅਲੀ ਜੰਗਲ ਸੀ ਆ ਹਾਂਜੀ ਉਹ ਜੰਗਲ ਬਾਈ ਦਾ ਹਾਂਜੀ ਉਹ ਸਾਰਾ ਡਿਵੈਲਪ ਕੀਤਾ। ਅੱਛਾ ਜੀ ਸਰ ਤੁਹਾਡੇ ਐਫਰਟ ਦੇਖ ਕੇ ਬੜਾ ਵਧੀਆ ਲੱਗਿਆ ਜੀ ਤੇ ਲੇਟ ਆਏ ਆ ਗੁਰਪ੍ਰੀਤ ਸਿੰਘ ਦਾ ਇੱਕ ਪਾਸ ਕਰੇ ਸੀ। ਅੱਛਾ ਜੀ ਤੇ ਸਰ ਜਿਹੜੇ ਨਵੇਂ ਮੁੰਡੇ ਹਨ ਜੀ ਉਹਨਾਂ ਦੇ ਦੌੜਨ ਵਾਸਤੇ ਤਾਂ ਤੁਸੀਂ ਬਾੜਾ ਹੀ ਵਧੀਆ ਕਰਿਆ ਜੀ ਜਿਹੜਾ ਕੱਚਾ ਟਰੈਕ ਕੀਤਾ ਹੋਇਆ ਇਹ ਬਹੁਤ ਸੋਹਣਾ ਜੀ ਤੁਹਾਡੇ ਐਫਰਟ ਦੇਖ ਕੇ ਨਾ ਬਹੁਤ ਵਧੀਆ ਲੱਗਿਆ ਜੀ। इस पार्क नूं डिवेलप करदियां ने जी ओह सर जा रहे ने जी ते इक चीज सानूं होर दिखाउंदे आ जी आह सर उन्हां ने जी आप डिवेलप कीता होया जी इह कंटीन है जी इन्हां दी जदों इह शाम नूं सवेरे इत्थे आउंदे ने ते आ देखो लॉक लाता इत्थे कोई वड्डा छोटा नहीं जी हैगा इत्थे सिर्फ तो अपना खाण पीण सारा इन्हों का होंगे इतने तो ईवन ये बर्तन भी आपदे आप धोते हैं तो कुछ नहीं है इन वड्डिया वड्डिया पोस्टा के होने के बावजूद भी आ देखो तुम पार्क के किमें चहल पहल हो पई है जी बच्चे घूम रहे ने हाँ सर आह नीचे ना ठंडा रहना फिर ना हाँ जी ये अच्छा जी अच्छा जी ये आमला जी ये आमला है ना हाँ जी अच्छा वो देखो किन्ना छोना दोस्तों ये महान शख्सियतों की देन है जिन्होंने ये दरख्त देखो बचा के रखे हुए सजाया पे आज मैं किवें नेचर नूं प्यार करते हैं लोग है ना ते आ देखो इधर दिखा दी जरा ना ਕਿੰਨਾ ਸੋਹਣਾ ਬਣਾ ਕੇ ਰੱਖਿਆ ਇਹ ਜੀ ਆਪਣਾ ਆਪਣਾ ਮੋਗੇ ਦੀ ਹੈਗੀ ਹੈ ਨੇਚਰ ਪਾਰਕ ਹੈ ਨਾ ਤੁਸੀਂ ਇੱਥੇ ਕਦੇ ਮੌਕਾ ਮਿਲੇ ਨਾ ਤਾਂ ਉਰੇ ਜ਼ਰੂਰ ਘੁੰਮਣ ਆਇਓ ਅਤੇ ਉਹਨਾਂ ਸ਼ਖਸੀਅਤਾਂ ਨਾਲ ਜ਼ਰੂਰ ਮਿਲਿਓ ਜਿਹੜੀਆਂ ਇਸ ਨੂੰ ਮੇਨਟੇਨ ਕਰਦੀਆਂ ਨੇ ਬਿਨਾਂ ਕਿਸੇ ਫੰਡ ਤੋਂ ਅਤੇ ਬਿਨਾਂ ਕਿਸੇ ਦੀ ਸ਼ਮੂਲੀਅਤ ਤੋਂ ਇਹਨਾਂ ਦਾ ਆਪਦਾ ਗਰੁੱਪ ਹੈ ਅਤੇ ਔਰ ਇਹਨਾਂ ਦੀ ਮੇਨਟੇਨੈਂਸ ਦਾ ਤਰੀਕਾ ਪਤਾ ਕੀ ਹੈ ਇਹਨਾਂ ਨੇ ਆਪਦੇ ਗਰੁੱਪ ਬਣਾਏ ਹੋਏ ਨੇ ਕਿਸੇ ਨੇ ਆਪਦੀ ਥੋੜ੍ਹੀ ਜਿਹੀ ਜਗ੍ਹਾ ਲੈ ਲਈ ਉਹਨਾਂ ਨੇ ਆਪਦਾ ਡਿਵੈਲਪ ਕਰ ਲਿਆ ਅਤੇ ਕਿਸੇ ਨੇ ਕੋਈ ਅਤੇ ਇਹ ਸਾਨੂੰ ਬੜਾ ਵਧੀਆ ਲੱਗਿਆ ਅਤੇ ਅਸੀਂ ਤਾਂ ਅੱਜ ਤੱਕ ਇਹੀ ਸੋਚਦੇ ਰਹੇ ਕਿ ਵੀ ਯਾਰ ਵੀ ਜਿੰਨਾ ਚੰਡੀਗੜ੍ਹ ਤੋਂ ਪਿੱਛੇ ਚਲੇ ਜਾਂਦੇ ਕੋਈ ਹੈ ਨਾ ਹੈ ਹੀ ਨਹੀਂ ਕਿਸੇ ਨੂੰ ਸਮਝਦਾਰੀ ਨਹੀਂ ਕਿਵੇਂ ਬਸ ਇਹ ਚੀਜ਼ ਸਾਡੇ ਮਨ 'ਚੋਂ ਨਾ ਇੱਕ ਪਰਦਾ ਉਤਰ ਗਿਆ ਕਿ ਕਿਵੇਂ ਲੋਕ ਨੇਚਰ ਨੂੰ ਪਿਆਰ ਕਰਦੇ ਨੇ ਸਾਡੇ ਤਾਂ ਉੱਧਰ ਬਸ ਹੁਣ ਮੇਰੇ ਕੋਲ ਸ਼ਬਦ ਨਹੀਂ ਹੈਗੇ ਉਹ ਤਾਂ ਬਸ ਵੱਡੀਆਂ ਵੱਡੀਆਂ ਹਵੇਲੀਆਂ ਵੱਡੇ ਵੱਡੇ ਮਕਾਨ ਬਸ ਵੇਚਣ 'ਤੇ ਲੱਗੇ ਹੋਏ ਨੇ ਬਸ ਇਹ ਨਾ ਰੂਹਾਂ ਨੂੰ ਮਿਲ ਕੇ ਐਵੇਂ ਲੱਗਿਆ ਵੀ ਅਸੀਂ ਕਿਸੇ ਰੱਬ ਦੇ ਰੱਬ ਰੂਪੀ ਰੂਹਾਂ ਨੂੰ ਮਿਲੇ ਹਾਂ ਅੱਜ ਕੋਈ ਪਤਾ ਨਹੀਂ ਕਿੰਨੇ ਕਿੰਨੇ ਆਪਣਾ ਕਿਲ੍ਹਿਆਂ ਦੇ ਮਾਲਕ ਨੇ ਪਰ ਉਹਨਾਂ ਨੂੰ ਕੋਈ ਇੱਕ ਪੈਸੇ ਦਾ ਗੁਮਾਨ ਨਹੀਂ ਹੈਗਾ ਇਕੱਠੇ ਬੈਠਦੇ ਨੇ ਇਕੱਠੇ ਬੈਠ ਕੇ ਇੱਕ ਦੂਸਰੇ ਨਾਲ ਆਪਣਾ ਮੋਹ ਪ੍ਰੇਮ ਕਰਦੇ ਨੇ ਗੱਲਾਂ ਬਾਤਾਂ ਕਰਦੇ ਨੇ ਅਤੇ ਬੜਾ ਬੜਾ ਅੱਛਾ ਲੱਗ ਰਿਹਾ ਮੈਨੂੰ ਅੱਜ ਇੱਥੇ ਆ ਕੇ।
ਸੋ ਥੈਂਕ ਯੂ ਵੈਰੀ ਮਚ।